ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ। ਜਦੋਂ ਅੰਮ੍ਰਿਤਸਰ 'ਚ ਚੰਗੇ ਕਾਲਜ, ਚੰਗੀਆਂ ਯੂਨੀਵਰਸਿਟੀਆਂ, ਸਾਡਾ ਮੈਡੀਕਲ ਕਾਲਜ ਸਭ ਤੋਂ ਵਧੀਆ ਸੀਗਾ, ਅਤੇ ਅੱਜ ਸਾਡੇ ਬੱਚੇ ਬਾਹਰ ਜਾ ਕੇ ਪੜ੍ਹਦੇ ਨੇ। ਜਦੋਂ ਸਾਰੀ ਟੌਪ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ ਇੱਥੇ ਡਿਗਰੀਆਂ ਕਰਵਾ ਰਹੀਆਂ, ਅਤੇ ਸਾਡੇ ਅੰਮ੍ਰਿਤਸਰ 'ਚ ਕਿਉਂ ਨਹੀਂ ਹੋ ਰਿਹਾ ਹੈ? ਇਹ ਸਭ ਕੁਛ ਅਸੀਂ ਕਰਵਾਵਾਂਗੇ, ਔਰ ਤੁਹਾਡੇ ਸਹਿਯੋਗ ਨਾਲ ਖੜ੍ਹਾ ਹੋ ਕੇ ਮੈਂ ਚੁੱਗ ਸਾਹਿਬ ਅਤੇ ਸਿਰੇ ਸਾਰੇ ਇੱਥੇ ਜਿਹੜੇ ਲੀਡਰ ਬੈਠੇ ਨੇ, ਅਸੀਂ ਅੰਮ੍ਰਿਤਸਰ ਨੂੰ ਬਦਲ ਕੇ ਜਿਹੜਾ ਭਾਰਤ ਦਾ ਟੌਪ ਦਾ ਸ਼ਹਿਰ ਸੀਗਾ ਉੱਥੇ ਵਾਪਸ ਪਹੁੰਚਾਵਾਂਗੇ। ਮੈਂ ਅਖੀਰ 'ਚ ਇਹ ਗੱਲ ਕਹਿਣੀ, ਮੈਨੂੰ ਮੀਡੀਆ ਦੇ ਭਰਾਵਾਂ ਨੇ ਕੁਛ ਦਿਨ ਪਹਿਲਾਂ ਪੁੱਛਿਆ ਕਿ ਸੰਧੂ ਸਾਹਿਬ ਤੁਸੀਂ ਤਾਂ ਬੜੇ ਸ਼ਰੀਫ ਲੱਗਦੇ ਹੋ, ਕੀ ਕਰਦੇ ਹੋ ਪੋਲੀਟਿਕਸ? ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ, ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਬਦਮਾਸ਼ਾਂ ਦਾ ਨਹੀਂ। ਤੁਹਾਡੇ ਸਾਰਿਆਂ ਨਾਲ ਮਿਲ ਕੇ ਆਪਾਂ ਅੰਮ੍ਰਿਤਸਰ ਨੂੰ ਵਾਪਸ ਟੌਪ 'ਤੇ ਪਹੁੰਚਾਉਣਾ ਆ। ਦੇ ਅੰਦਰ ਲੰਗਰ ਦੇ ਟੈਕਸ ਫਰੀ ਦੀ ਗੱਲ ਕੀਤੀ ਅਤੇ ਮੋਦੀ ਸਾਹਿਬ ਨੇ ਕੀਤੀ। ਅੱਸੀ ਕਰੋੜ ਗਰੀਬਾਂ ਦੇ ਘਰ 'ਚ ਰਾਸ਼ਨ ਪਹੁੰਚਾਉਣਾ ਔਰ ਅੱਗੋਂ ਪਹੁੰਚਾ ਕੇ ਦਿਖਾਉਣਾ, ਇਹ ਮੋਦੀ ਦੀ ਗਰੰਟੀ ਹੈ। 10 ਕਰੋੜ ਗਰੀਬਾਂ ਦੇ ਘਰ 'ਚ ਟੋਇਲੇਟ ਲਗਵਾਉਣਾ ਔਰ 10 ਕਰੋੜ ਗਰੀਬਾਂ ਦੇ ਘਰ 'ਚ ਰਸੋਈ ਗੈਸ ਪਹੁੰਚਾਉਣਾ, 14 ਕਰੋੜ ਗਰੀਬਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਾਉਣਾ, 35 ਕਰੋੜ ਗਰੀਬਾਂ ਨੂੰ ਮੈਡੀਕਲ ਇੰਸ਼ੋਰੈਂਸ 5 ਲੱਖ ਨਾਲ ਜੋੜਨਾ, ਹਰ ਕਿਸਾਨ ਦੇ ਖਾਤੇ 'ਚ ਸਿੱਧੇ ਪੈਸੇ ਪਹੁੰਚਾਉਣਾ, ਇਹ ਮੋਦੀ ਦੀ ਗਰੰਟੀ ਹੈ ਜਿਹਦਾ ਇਹਨਾਂ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ। ਪੰਜਾਬ ਦੇ ਵਿੱਚ ਆਪ ਦੀ 13 ਜੀਰੋ ਦੀ ਗਰੰਟੀ ਹੈ, ਜਿਨ੍ਹਾਂ ਦੀ ਲਾ ਐਂਡ ਆਰਡਰ ਜਿਨ੍ਹਾਂ ਕੋਲੋਂ ਕਵਰ ਨਹੀਂ ਹੋਇਆ, ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸਮੇਟਿਆ ਜਾ ਰਿਹਾ, ਉਹ ਕੀ ਗਰੰਟੀ ਦੇਣਗੇ? ਜਿਨ੍ਹਾਂ ਦਾ ਲੀਡਰ ਖੁਦ ਕਰਪਸ਼ਨ ਦੇ ਅੰਦਰ ਜੇਲ੍ਹ 'ਚ ਹੈ, ਆਮ ਆਦਮੀ ਪਾਰਟੀ ਦੀ ਤਾਂ ਗਰੰਟੀ ਇੱਕੋ ਗੱਲ ਦੀ ਹੈ, ਆਮ ਆਦਮੀ ਪਾਰਟੀ ਦੀ ਗਰੰਟੀ ਤਾਂ ਇੱਕੋ ਗੱਲ ਦੀ ਹੈ, ਕੱਟਰ ਬੇਈਮਾਨ ਪਾਰਟੀ ਮੀਨਸ ਆਮ ਆਦਮੀ ਪਾਰਟੀ। ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਭਗਵੰਤ ਮਾਨ ਸਾਹਿਬ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੇ ਹੋ, ਕਾਂਗਰਸ ਦਾ ਘੋਸ਼ਣਾ ਪੱਤਰ ਕਹਿੰਦਾ ਹੈ ਕਿ ਕਿਸੇ ਦੇ ਘਰ 'ਚ ਬਜ਼ੁਰਗ ਮਰ ਜਾਏ ਅਤੇ ਉਹਦੀ 50% ਪ੍ਰੋਪਰਟੀ, 55% ਪ੍ਰੋਪਰਟੀ ਸਰਕਾਰ ਲੈ ਜਾਏਗੀ, ਯਾਨੀ ਕਾਂਗਰਸ ਦੇ ਸਕੂਟਰ ਉਹਦੇ ਬਾਪੂ ਜੀ ਦੇ ਨਾਂ 'ਤੇ ਹੈ, ਉਹਦੇ ਬਾਪੂ ਜੀ ਦੇ ਮਰਨ 'ਤੇ ਸਕੂਟਰ ਦਾ ਟਾਇਰ ਅਤੇ ਇੰਜਨ ਸਰਕਾਰ ਲੈ ਜਾਏਗੀ ਅਤੇ ਪਿਛਲਾ ਟਾਇਰ ਉਹਦੇ ਕੋਲ ਰਹਿ ਜਾਏਗਾ। ਮੰਗਲ ਸੂਤਰ ਜਿਹੜਾ ਬਾਂਹ ਬੱਚੇ ਨੂੰ ਦੇ ਕੇ ਜਾਂਦੀ ਹੈ, ਆਪਣੀ ਧੀ ਨੂੰ, ਨੂੰਹ ਨੂੰ ਦੇ ਕੇ ਜਾਂਦੀ ਹੈ, ਉਹਨੂੰ ਵੰਡਣਾ ਪਏਗਾ, ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪਏਗਾ। ਭਗਵੰਤ ਮਾਨ ਸਾਹਿਬ, ਕਿਆ ਤੁਹਾਡਾ ਸਟੈਂਡ ਹੈਗਾ? ਸਪਸ਼ਟ ਕਰੋ, 55% ਟੈਕਸ ਲਾਉਣਾ ਚਾਹੁੰਦੇ ਹੋ? ਤੁਹਾਡੇ ਇਰਾਦੇ ਲੋਕਾਂ ਦੀ, ਘਰਾਂ ਦੇ ਮੰਗਲ ਸੂਤਰ, ਘਰਾਂ ਦੇ ਸਕੂਟਰ, ਗੱਡੀਆਂ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੇ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ, ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਬਾਟਲਾ ਕਾਂਡ 'ਚ ਆਤੰਕਵਾਦੀ ਮਰ ਗਿਆ, ਬਹੁਤ ਮਾੜਾ ਹੋਇਆ। ਉਹ ਕਨਈਆ ਕੁਮਾਰ ਜਿਹੜਾ ਕਹਿੰਦਾ ਭਾਰਤ ਤੇਰੇ ਟੁਕੜੇ ਹੋਣਗੇ, ਇਨਸ਼ਾ ਅੱਲਾ, ਇਨਸ਼ਾ ਅੱਲਾ,
ਅਫਜ਼ਲ ਗੁਰੂ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਹੈ। ਉਹ ਦਿੱਲੀ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਜੁਆਇੰਟ ਟਿਕਟ 'ਤੇ ਇਲੈਕਸ਼ਨ ਲੜ ਰਿਹਾ ਅਤੇ ਭਗਵੰਤ ਮਾਨ ਸਾਹਿਬ ਗੱਲਾਂ ਰਾਸ਼ਟਰਭਗਤੀ ਦੀਆਂ ਕਰਦੇ, ਦੇਸ਼ ਨੂੰ ਤੋੜਨ ਵਾਲੇ ਕਨਹੱਈਆ ਕੁਮਾਰ ਨੂੰ ਝੋਲੀ 'ਚ ਪਾ ਕੇ ਕੇਜਰੀਵਾਲ ਸਾਹਿਬ ਦਿੱਲੀ 'ਚ ਰਾਜਨੀਤੀ ਕਰ ਰਹੇ ਨੇ। ਐਸਾ ਕਿ ਦੇਸ਼ ਦਾ ਕਿਸਾਨ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਹੈ। ਮੈਂ ਬੇਨਤੀ ਕਰਾਂਗਾ ਜਿਹੜਾ 11,000 ਕਰੋੜ ਰੁਪਈਆ ਫਾਰਮਿੰਗ ਦਾ ਬਜਟ ਹੁੰਦਾ ਸੀ ਉਹ ਅੱਜ ਬਜਟ 1,25,00,000 ਕਰੋੜ ਰੁਪਈਆ ਬਣ ਗਿਆ। ਇਹ 1,25,00,000 ਕਰੋੜ ਰੁਪਈਆ ਬਜਟ ਮੋਦੀ ਸਾਹਿਬ ਨੇ ਬਣਾਇਆ। ਕਿਸਾਨ ਫਸਲ ਵੇਚਦਾ ਸੀ ਅਤੇ ਉਹਨੂੰ ਮਹੀਨੋ ਮਹੀਨੇ ਪੈਸੇ ਨਹੀਂ ਸੀ ਮਿਲਦੇ, ਅੱਜ ਉਹ ਦਾਣਾ ਵੀ ਵੇਚਦਾ ਅਤੇ ਉਹਦੇ ਬੈਂਕ ਅਕਾਊਂਟ 'ਚ ਸਿੱਧਾ ਪੈਸਾ ਪਹੁੰਚਦਾ। ਇਹ ਮੋਦੀ ਸਾਹਿਬ ਨੇ ਕੀਤਾ। ਕਿਸਾਨ ਨੂੰ ਸਨਮਾਨ ਨਿਧੀ ਦਾ ਪੈਸਾ 1-2 ਕਿਸਾਨਾਂ ਨੂੰ ਨਹੀਂ, 11 ਕਰੋੜ ਕਿਸਾਨਾਂ ਨੂੰ 2,000 ਰੁਪਇਆ ਸਿੱਧਾ ਪਹੁੰਚਦਾ। ਐਸੀ 'ਚ ਕਿਸਾਨ ਮੋਦੀ ਸਾਹਿਬ ਦੇ ਨਾਲ ਹੈ। ਕੁਛ ਪਾਰਟੀਆਂ ਦੀਆਂ ਕਿਸਾਨ ਯੂਨੀਅਨਾਂ ਜਾਣ ਬੁੱਝ ਕੇ ਆਪਣੀ ਪਾਰਟੀਆਂ ਨੂੰ ਖੜ੍ਹਾ ਕਰਨ ਵਾਸਤੇ ਝੂਠਾ ਪ੍ਰਚਾਰ ਕਰ ਰਹੀ।